ਇਹ ਇੱਕ ਨਾ ਚੁੰਬਕ ਮੋਟਰ ਹੈ ਕਿਉਂਕਿ ਇਹ ਫ੍ਰਾਈਡ ਚੁੰਬਕ ਦੀ ਵਰਤੋਂ ਨਹੀਂ ਕਰਦਾ। ਇਸ ਦੀ ਥਾਂ ਤੁਸੀਂ ਇੱਕ ਇਲੈਕਟ੍ਰੋਡ ਚੁੰਬਕ ਬਣਾਓ। 1 ਮੀਟਰ ਲੰਬੀ ਇੰਸੂਲੇਟਡ ਕਾਪਰ ਦੀ ਤਾਰ ਲਓ ਜਿਸ ਦੀ ਵਰਤੋਂ ਮੋਟਰ ਵਾਈਂਡਿੰਗ ਵਿੱਚ ਹੁੰਦੀ ਹੈ। ਇਸ ਤਰ੍ਹਾਂ ਇਸ ਤਾਰ ਨੂੰ 1.5 ਵੋਲਟ ਦੀ ਟੋਰਚ ਬੈਟਰੀ 'ਤੇ ਗੋਲ ਗੋਲ ਘੁਮਾ ਦਿਓ। ਹੁਣ ਕੋਇਲ ਜੋ ਕਿ ਸਪਰਿੰਗ ਵਾਂਗ ਹੋ ਗਿਆ ਹੈ ਨੂੰ ਬਾਹਰ ਨਿਕਾਲ ਕੇ ਉਸ ਦੇ ਦੋਵੇਂ ਸਿਰਿਆਂ 'ਤੇ ਗੱਠ ਬਣਾ ਲਓ। ਹੁਣ ਇਹ ਕੋਇਲ ਇੱਕ ਗੋਲ ਆਕਾਰ ਲੈ ਲਵੇਗਾ ਜਿਸ ਦੀਆਂ 2 ਵਧਾਈਆਂ ਥਾਵਾਂ ਵੀ ਹੋਣਗੀਆਂ। ਹੋਏਗਾ ਇੱਕ ਥਾਂ 'ਤੇ ਇੰਸੂਲੇਸ਼ਨ ਪੂਰੀ ਤਰ੍ਹਾਂ ਉਤਾਰ ਦਿਓ, ਦੂਜੀ ਥਾਂ 'ਤੇ ਸਿਰਫ ਉੱਪਰੋਂ ਸੱਜੇ ਅਤੇ ਖੱਬੇ ਪਾਸੇ ਉਤਾਰੋ, ਸਿਰਫ 3 ਪਾਸਿਆਂ ਦੀ ਉਤਾਰੋ। ਹੁਣ ਇੰਸੂਲੇਟਡ ਕਾਪਰ ਨੂੰ ਸਿਲਾਈ ਮਸ਼ੀਨ ਦੀ ਬੋਬਿਨ 'ਤੇ ਘੁਮਾਓ। ਦੋਵੇਂ ਬਾਹਰਲੇ ਹਿੱਸਿਆਂ ਤੋਂ ਇੰਸੂਲੇਸ਼ਨ ਪੂਰੀ ਤਰ੍ਹਾਂ ਉਤਾਰ ਦਵੋ। ਉਹਨਾਂ ਹਿੱਸਿਆਂ 'ਤੇ ਕਾਪਰ ਚਮਕੇਗਾ। ਜਦੋਂ ਇਸ ਤਾਰ ਵਿੱਚੋਂ ਕਰੰਟ ਪਾਸ ਹੋਵੇਗਾ ਤਾਂ ਇਹ ਬੋਬਿਨ ਇੱਕ ਇਲੈਕਟ੍ਰੋਰੇਟ ਮੈਗਨੇਟ ਬਣ ਜਾਵੇਗੀ। ਕਿਸੇ ਪੁਰਾਣੀ ਸਾਈਕਲ ਦੀ ਟਿਊਬ ਦੇ 1 ਸੈਂਟੀਮੀਟਰ ਲੰਬਾ ਰਬੜ ਬੈਂਡ, 1.5 ਵੋਲਟ ਦੀ ਟੋਰਚ ਬੈਟਰੀ ਦੇ ਦੋਵੇਂ ਪਾਸਿਓਂ ਖਿੱਚ ਲਵੋ। ਹੁਣ ਦੋਵੇਂ ਪਲੱਸ ਅਤੇ ਮਾਈਨਸ ਅੰਤ ਦੇ ਇੱਕ ਵੱਡੀ ਸੇਫਟੀ ਪਿੰਨ ਲਾ ਦਵੋ। ਹੁਣ ਉਸ ਬੋਬਿਨ ਨੂੰ ਇਸ ਬੈਟਰੀ ਦੇ ਉੱਤੇ ਰੱਖ ਦਵੋ ਅਤੇ ਉਸ ਦੀ ਦੋਵੇਂ ਪਿੱਤਲ ਵਾਲੇ ਹਿੱਸੇ 1-1 ਸੇਫਟੀ ਪਿੰਨ ਨਾਲ ਜੋੜ ਦਵੋ। ਬੋਬਿਨ ਵਿੱਚੋਂ ਕਰੰਟ ਆਵੇਗਾ ਅਤੇ ਉਹ ਇੱਕ ਇਲੈਕਟ੍ਰੋਨਿਕ ਮੈਗਨੇਟ ਬਣ ਜਾਵੇਗਾ। ਅੰਤ ਵਿੱਚ ਕੋਇਲ ਨੂੰ ਸੇਫਟੀ ਪਿੰਨ ਦੀ ਅੱਖ ਵਿੱਚ ਲਾ ਦਵੋ ਅਤੇ ਉਸ ਨੂੰ ਹਲਕਾ ਦਬਾਓ। ਉਹ ਕੋਇਲ ਹੁਣ ਘੁੰਮਣਾ ਸ਼ੁਰੂ ਹੋ ਜਾਵੇਗਾ। ਇਹ ਇੱਕ ਨਾ ਚੁੰਬਕ ਮੋਟਰ ਹੈ। ਜੇਕਰ ਤੁਸੀਂ ਇਸ ਦੇ ਉੱਪਰ ਵਧੀਆ ਚੁੰਬਕ ਦਿਖਾਉਂਦੇ ਹੋ ਇਸ ਨੂੰ ਜਾਂ ਰੱਖਣ ਦਾ ਯਤਨ ਕਰਦੇ ਹੋ ਤਾਂ ਇਸ ਕੋਇਲ ਦਾ ਘੁੰਮਣਾ ਹੌਲੀ ਵੀ ਹੋ ਸਕਦਾ ਹੈ। ਇਸ ਦੇ ਰੱਖਣ ਦਾ ਤਰੀਕੇ ਤੋਂ ਕਈ ਵਾਰ ਹੋ ਸਕਦਾ ਹੈ ਕਿ ਇਹ ਤੇਜ਼ ਵੀ ਹੋ ਜਾਏ। ਦੇਖੇ ਅਨੁਸਾਰ ਕਰ ਸਕਦੇ ਹੋ।